ਹਿੰਦੂ ਵਈ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਅਪਡੇਟ ਲੈ ਕੇ ਤੇ ਇਹ ਜਿਹੜਾ ਅਪਡੇਟ ਹੈ ਦੋਸਤੋ ਪੀਟ੍ਰ ਪਲੱਸ ਬੀ ਦੇ ਵੱਲੋਂ ਆ ਰਿਹਾ ਤੇ ਹਾਲ ਹੀ ਵਿੱਚ ਵਈ ਪੀਟ੍ਰ ਪਲੱਸ ਬੀ ਨੇ ਬੰਪਰ ਅਪਡੇਟ ਦਿੱਤੇ ਸਾਰੀ ਭਰਤੀਆਂ ਬਾਰੇ ਭਾਵੇਂ 2023 ਦੀ ਭਰਤੀ ਹੋਏ ਭਾਵੇਂ 2024 ਦੀ ਭਰਤੀਆਂ ਹੋਏ ਇੱਥੇ ਦੋਸਤੋ ਐਗਜ਼ਾਮ ਡੇਟ ਤੋਂ ਲੈ ਕੇ ਟਾਈਪਿੰਗ ਟੈਸਟ ਫਿਜ਼ੀਕਲ ਨਵੀਂ ਭਰਤੀਆਂ ਹਰ ਇੱਕ ਤਰ੍ਹਾਂ ਦਾ ਅਪਡੇਟ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਸੋ ਜੇ ਤੁਸੀਂ ਪੰਜਾਬ ਦੇ ਵਿੱਚ ਕੋਈ ਭਰਤੀ ਦੇ ਚਾਹਵਾਨ ਹੋ ਤਾਂ ਜਰੂਰ ਤੁਸੀਂ ਇੱਕ ਵਾਰ repeater plus v ਦੀ ਸਾਈਟ ਤੇ ਵਿਜ਼ਿਟ ਕਰਨਾ ਹੈ ਤੇ ਨੋਟੀਫਿਕੇਸ਼ਨ ਜਿਹੜੇ ਆ ਉਹ ਚੈੱਕ ਕਰ ਲੈਣੇ ਬਟ ਆਪਾਂ ਸਭ ਤੋਂ ਵੱਧ ਤੇ ਸਭ ਤੋਂ ਜਦਾ ਇੰਪੋਰਟੈਂਟ ਭਰਤੀ ਦੀ ਗੱਲ ਕਰਦੇ ਆ ਕਿਉਂਕਿ ਇਸ ਦੀ ਕੁਆਲਿਫਿਕੇਸ਼ਨ ਬਹੁਤ ਘੱਟ ਹੁੰਦੀ ਹੈ ਤੇ ਤਕਰੀਬਨ ਸਾਰੇ ਹੀ ਜਵਾਨ ਇਸ ਦੇ ਵਿੱਚ ਫਾਰਮ ਭਰ ਸਕਦੇ ਆ ਤੇ ਭਰਤੀ ਹੈ ਜੀ ਗਰੁੱਪ ਡੀ ਦੀ ਨੋਟੀਫਿਕੇਸ਼ਨ ਨੰਬਰ ਦੇਖ ਸਕਦੇ ਹੋ ਜੀ 10/2024 ਦੇ ਅੰਡਰ ਆਪਣੇ ਗਰੁੱਪ ਡੀ ਦੀ ਪੋਸਟਾਂ ਜਾਰੀ ਹੋਏਗੀ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਗਰੁੱਪ ਡੀ ਦੀ ਪੋਸਟਾਂ ਜਿਹੜੀਆਂ ਪੰਜਾਬ ਦੇ ਵਿੱਚ ਕਿੰਨੀ ਕਿ ਜਾਰੀ ਹੋਏਗੀ ਕਿਉਂਕਿ ਕਿਤੇ ਹੀ ਆਈਡੀਆ ਲੱਗ ਰਿਹਾ ਸੀ 50000 ਦਾ ਕਿਤੇ 60000 ਦਾ ਕਿਉਂਕਿ ਪਿਛਲੇ ਸਾਲ ਤੋਂ ਰੋਲਾ ਪਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਬੰਪਰ ਗਰੁੱਪ ਡੀ ਦੀ ਪੋਸਟਾਂ ਜਿਹੜੀ ਹੈ 10000 ਪੋਸਟਾਂ ਜਾਰੀ ਹੋਏਗੀ ਇਹ ਕਿਹਾ ਗਿਆ ਸੀ ਬਟ ਹੁਣ ਦੇਖਦੇ ਹਾਂ ਕਿ ਨੋਟੀਫਿਕੇਸ਼ਨ ਦੇ ਵਿੱਚ ਕਿੰਨੀ ਕੁ ਪੋਸਟਾਂ ਇਹਨਾਂ ਨੇ ਜਾਰੀ ਕੀਤੀ ਹੈ ਸੋ ਨੋਟੀਫਿਕੇਸ਼ਨ ਵਾਸਤੇ ਦੋਸਤੋ ਥੋੜਾ ਜਿਹਾ ਤੁਹਾਨੂੰ ਵੇਟ ਕਰਨਾ ਪਏਗਾ ਕਿਉਂਕਿ ਇਹਨਾਂ ਨੇ ਲਿੰਕ ਤਾਂ ਇੱਥੇ ਪਾ ਦਿੱਤਾ ਬਟ ਇਹ ਲਿੰਕ ਜਿਹੜਾ ਹਾਲੇ ਤੱਕ ਅਪਡੇਟ ਨਹੀਂ ਹੋਇਆ ਸਰਵਰ ਦੇ ਉੱਤੇ ਇਹਨਾਂ ਨੇ ਨੋਟੀਫਿਕੇਸ਼ਨ ਜਿਹੜਾ ਹਾਲੇ ਅਪਡੇਟ ਨਹੀਂ ਕੀਤਾ ਹੋ ਸਕਦਾ ਘੰਟੇ ਬਾਅਦ ਕਰ ਦੇਣ ਜਾਂ ਸ਼ਾਮ ਤੱਕ ਕਰ ਦੇਣ ਸੋ ਤੁਸੀਂ ਇੱਥੇ ਵਿਜ਼ਿਟ ਕਰਦੇ ਰਹਿਣਾ ਇਸ ਤੋਂ ਇਲਾਵਾ ਦੋਸਤੋ ਬਥੇਰੇ ਅਪਡੇਟ ਦਿੱਤੇ ਜਿੰਨੇ ਵੀ 16 ਤਰੀਕ ਵਾਲੇ ਅਪਡੇਟ ਤੁਸੀਂ ਦੇਖ ਰਹੇ ਹੋ ਹਾਲ ਹੀ ਵਿੱਚ ਸਾਰੇ ਅਪਡੇਟ ਜਿਹੜੇ ਪੀਟਰਪਲੱਸਵੀ ਨੇ ਦਿੱਤੇ ਆ ਠੀਕ ਹੈ ਐਗਜ਼ਾਮ ਡੇਟ ਦਾ ਪੂਰਾ ਤੋਂ ਪੂਰਾ ਕੈਲੰਡਰ 2023-24 ਭਰਤੀਆਂ ਦਾ ਜਾਰੀ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਆਰਾਮ ਨਾਲ ਜਿਹੜੇ ਫਾਰਮ ਹੁਣ ਭਰੇ ਜਾ ਰਹੇ ਆ ਉਹਨਾਂ ਦੇ ਐਗਜ਼ਾਮ ਦਾ ਕੈਲੰਡਰ ਵੀ ਜਾਰੀ ਹੋ ਚੁੱਕਿਆ ਸੋ ਉਹ ਵੀ ਤੁਸੀਂ ਦੇਖ ਲਿਓ ਕੀ ਟੋਡਗੜਾ ਐਗਜ਼ਾਮ ਕਦੋਂ ਹੋਣਾ ਹੈ ਟਾਈਪਿੰਗ ਕਦੋਂ ਹੋਣੀ ਹੈ ਫਿਜ਼ੀਕਲ ਕਦੋਂ ਹੋਣਾ ਹੈ ਜਿਹੜੀ ਜੇਲ ਵਾਰਡਨ ਤੇ ਮੈਟਰ ਨਾਲੀ ਪੋਸਟਾਂ ਸੀ ਉਹਨਾਂ ਦਾ ਜਿਹੜਾ ਫਿਜ਼ੀਕਲ ਦੀ ਡੇਟ ਵੀ ਡਿਕਲੇਅਰ ਹੋ ਚੁੱਕੀ ਹੈ ਉਹ ਤੁਸੀਂ ਦੇਖ ਸਕਦੇ ਹੋ ਸੋ ਇੱਕ ਹੋਰ ਜਿਹੜਾ ਅਪਡੇਟ ਆਇਆ ਹੈ ਦੋਸਤੋ 2021 ਵਾਲੀ ਭਰਤੀ ਬਾਰੇ ਆਇਆ ਹੈ 2021 ਦੇ ਵਿੱਚ ਇਹ ਜਿਹੜੇ ਤੁਸੀਂ ਪਹਿਲੀ ਅਪਡੇਟ ਦੇਖੋ 6ਵੀਂ ਲਿਸਟ ਜਾਰੀ ਹੋਈ ਹੈ ਨੋਟੀਫਿਕੇਸ਼ਨ ਨੰਬਰ 17/2021 ਦੇ ਅੰਡਰ ਜਿਹੜੀ ਕਲਰਕ ਭਰਤੀ ਸੀ ਠੀਕ ਹੈ ਸੋ ਜੇ ਤੁਸੀਂ ਇਸ ਨੋਟੀਫਿਕੇਸ਼ਨ ਦੇ ਅੰਡਰ ਕਲਰਕ ਭਰਤੀ ਦਾ ਐਗਜ਼ਾਮ ਦਿੱਤਾ ਸੀ ਤਾਂ ਜਰੂਰ ਜਾ ਕੇ ਬਾਈ ਲਿਸਟ ਦੇ ਵਿੱਚ ਆਪਦਾ ਨਾਮ ਚੈੱਕ ਕਰ ਲਿਓ ਇਸ ਤੋਂ ਇਲਾਵਾ ਹਰ ਇੱਕ ਤਰੀਕੇ ਦਾ ਅਪਡੇਟ ਜਿੰਨਾ ਵੀ ਤੁਸੀਂ 16 ਤਰੀਕੇ ਵਾਲਾ 16 ਤਰੀਕ ਵਾਲਾ ਅਪਡੇਟ ਦੇਖ ਰਹੇ ਹੋ ਇਹ ਅੱਜ ਦਾ ਅਪਡੇਟ ਹੈ ਤੇ ਤੁਸੀਂ ਜਾ ਕੇ ਇੱਥੇ ਚੈੱਕ ਕਰ ਲਿਓ ਇਸ ਤੋਂ ਬਾਅਦ ਦੋਸਤੋ ਥੋੜੀ ਦੇਰ ਬਾਅਦ ਜਦੋਂ ਹੀ ਨੋਟੀਫਿਕੇਸ਼ਨ ਅਪਡੇਟ ਹੋਏਗਾ ਗਰੁੱਪ ਡੀ ਦੀ ਪੋਸਟ ਦੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾ ਦੇਾਂਗੇ ਠੀਕ ਹੈ ਜੇ ਤੁਸੀਂ ਪੰਜਾਬ ਦੇ ਭਰਤੀਆਂ ਦੇ ਚਾਹਵਾਨ ਜਵਾਨ ਹੋ ਤਾਂ ਚੈਨਲ ਨਾਲ ਬਣੇ ਰਹੋ ਜੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਬਸਕ੍ਰਾਈਬ ਵੀ ਕਰ ਲਿਓ ਤੇ ਇਸ ਤੋਂ ਇਲਾਵਾ ਦੋਸਤੋ ਪੀਟਰ ਪਲੱਸ ਵਿੱਚ ਤੁਸੀਂ ਕੋਈ ਵੀ ਐਗਜ਼ਾਮ ਦੇਣਾ ਹੈ ਤਾਂ ਪਿਛਲੇ ਜਿੰਨੇ ਵੀ ਪੇਪਰ ਹੋਏ ਹੈ ਬਾਈ ਉਹਨਾਂ ਨੂੰ ਚੈੱਕ ਕਰਨਾ ਵੀ ਬਹੁਤ ਜ਼ਰੂਰੀ ਹੈ ਸੋ ਜੇ ਤੁਸੀਂ ਜੀਕੇ ਦੇ ਕੁਐਸਚਨ ਚੈੱਕ ਕਰਨਾ ਚਾਹੁੰਦੇ ਹੋ ਟੈਸਟ ਦੇ ਰਾਹੀਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਸਿਰਫ 99 ਰੁਪੀਜ਼ ਕਿ ਜੀਕੇ ਟੈਸਟ ਸੀਰੀਜ਼ ਨੂੰ ਵਾਈ ਕਰ ਸਕਦੇ ਹੋ ਤੇ ਇਹ ਤੁਹਾਨੂੰ ਆਉਣ ਵਾਲੇ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੋਏਗੀ ਇਹ ਆਫਰ ਦੋਸਤੋ ਲਿਮਟਿਡ ਟਾਈਮ ਤੱਕ ਰਹਿਣ ਵਾਲਾ ਹੈ ਉਸ ਤੋਂ ਬਾਅਦ ਇਸ ਦੀ ਪ੍ਰਾਈਸ ਇਨਕਰੀਜ਼ ਹੋ ਜਾਏਗੀ ਤੁਸੀਂ ਚਾਹੋ ਤਾਂ ਅੱਜ ਹੀ ਜੁਆਇਨ ਕਰ ਸਕਦੇ ਹੋ ਤੇ ਜੁਆਇਨ ਕਰਨ ਵਾਸਤੇ ਜਾ ਤਾਂ ਤੁਸੀਂ ਟੈਸਟ ਸੀਰੀਜ਼ ਲਿਖ ਕੇ ਇਹ ਜਿਹੜਾ ਮੋਬਾਈਲ ਨੰਬਰ ਸ਼ੋ ਹੋ ਰਿਹਾ ਇਸ ਤੇ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਮੈਸੇਜ ਜਾਂ ਸਿੱਧਾ ਹੀ ਤੁਸੀਂ ਪੰਜਾਬ ਸਟਡੀ ਗਰੁੱਪ ਨਾਂ ਦੀ ਐਪ ਡਾਊਨਲੋਡ ਕਰਕੇ ਉੱਥੋਂ ਤੁਸੀਂ ਇਹ ਟੈਸਟ ਸੀਰੀ ਜਿਹੜੀ ਆ ਬਾਈ ਕਰ ਸਕਦੇ ਹੋ ਠੀਕ ਹੈ ਤੇ ਇਸ ਤੋਂ ਬਾਅਦ ਤੁਹਾਡਾ ਕੋਈ ਡਾਊਟ ਹੋਏ ਸਵਾਲ ਹੋਏ ਮੈਨੂੰ ਕਮੈਂਟ ਕਰਕੇ ਪੁੱਛ ਲਿਓ ਤੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਉਦੋਂ ਤੱਕ